ਭੁੱਖ ਨਹੀਂ ਲੱਗਦਾ ਜਦੋਂ ਕੋਈ ਸ਼ਹਿਰ ਵਾਲਿਆਂ ਨੂੰ ਕੋਈ ਦਸਾਂ ਰੁਪਈਆਂ ਦਾ ਸਰੋਪਾ ਨੀ ਗੱਲ ਚ ਨੌਕਰੀ ਤੇ ਮੈਂ ਕਦੀ ਸਰਕਾਰੀ ਮੰਗੀ ਨੀ ਪਾਉਣਾ ਚਾਹੀਦਾ ਪਾਉਣਾ ਚਾਹੀਦਾ ਏਡਾ ਗੁੜ ਤੇਰੇ ਕੋਲ ਪਾਉਣਾ ਚਾਹੀਦਾ ਯਾਰ ਕੋਈ ਨੀ ਅਸੀਂ ਤੇਰੀ ਮਦਦ ਕਰਾਂਗੇ ਜਿੰਨੀ ਹੋ ਸਕੇ ਕੱਖ ਕਿੰਨਾ ਚਿਰ ਲੱਗਾ ਰਿਹਾ ਪਤਾ ਹੀ ਨਹੀਂ ਸਾਹਮਣੇ ਪੜਿਆ ਕਿੰਨਾ ਚਿਰ ਹੋ ਗਿਆ ਕੋਈ ਮੈਂ ਜ਼ਹਿਰ ਤੇ ਨੀ ਕੱਢਿਆ ਨਾ ਮੈਂ ਜ਼ਹਿਰ ਕੱਢਣਾ ਮੇਰੇ ਕੋਲ ਮੰਦਰ ਬਣਾ ਲਾ ਦਿੱਤੇ ਮੇਰੇ ਕੋਲ ਕੁੱਤੇ ਆ 30 ਵਾਰ ਤੇ ਫਿਰ ਕਿਸੇ ਹੋਰ ਨੂੰ ਲੜਨ ਦਾ ਡਰ ਤਾਂ ਨਹੀਂ ਇਹਦਾ ਇਹਦਾ ਸਭ ਦੇਖੋ ਮੈਂ ਇਹਨਾਂ ਨੂੰ ਬਾਹਰ ਛੱਡ ਦੇਣਾ ਜਿੰਨਾ ਚਿਰ ਕਿਸੇ ਦਾ ਪੈਰ ਨਾ ਆਏ ਉੱਤੇ ਕੋਈ ਇਹੋ ਜਿਹਾ ਪੜ੍ਹਦੇ ਵੀ ਮੰਤਰ ਦੁਬਾਰਾ ਨਾ ਆਵੇ ਤੇ ਪੜ੍ਹਦਾ ਤੂੰ ਮੰਤਰ ਤੇ ਫਿਰ ਰੋਜ਼ ਦਿਹਾੜੀ ਆ ਜਾਂਦਾ ਜਿਹੜੇ ਡਾਰੀ ਨਿੱਕੇ ਨਿੱਕੇ ਬੱਚੇ ਭੇੜਾ ਦੇ ਦੇਣੀ ਆਪੇ ਪੜ੍ਹ ਦੇਣਾ ਨਿੱਕੇ ਨਿੱਕੇ ਬੱਚੇ ਲੈ ਉਹ ਕਚਹਿਰੀ ਦੇ ਲਿਖੇ ਦੇ ਦੂੰਗਾ ਜੇ ਤੁਹਾਡੇ ਵਾਲ ਸੱਪ ਆ ਜੂਗਾ 10 ਸਾਲ ਦੀ ਮੇਰੀ ਗਾਰੰਟੀ ਹੈ ਜੇ ਸੱਪ ਨਿਕਲੂ ਤਾਂ ਮੈਂ ਫ੍ਰੀ ਫੜੂੰਗਾ ਪਰ ਤੁਸੀਂ ਬਾਬੂ ਜੀ ਦੂਜੇ ਤੁਸੀਂ ਇੰਨੀ ਗੱਲ ਸੋਚੀ ਸਟਾਮ ਲਿਆ ਮੈਂ ਨਹੀਂ ਲੈ ਕੇ ਦੇਣਾ ਜੇ ਤੁਹਾਡੇ ਵੱਲ ਸਾਫ ਨਿਕਲ ਜਾਣਾ ਮੈਂ ਭੈਣ ਜੀ ਕੰਮ ਚੱਲ ਦੂ ਇਹ ਚੀਜ਼ਾਂ ਇਹਦੀ ਜ਼ਿੰਦਗੀ